ਜਿਸ ਵੇਲੇ ਕਾਂਧੀ ਚੇਲਾ ਜੀ ਪਿਆਲਪੁਰੀ ਚੱਲ ਗਏ, ਉਹਨੂੰ ਮੁਸਕ ਆ ਗਈ ਕਿ ਮਾਨਸਾ ਆਇਆ ਹੈ ਸਾਡੇ ਦੇਸ਼ ਦੇ ਵਿੱਚ ਕਿਉਂ। ਚਾਰ ਚਫੇਰੇ ਦੇਖਣ ਲੱਗੀ ਤਾਂ ਕਾਂਧੀ ਚੇਲਾ ਨਜ਼ਰ ਆ ਗਿਆ। ਹੁਣ ਜਿਸ ਵੇਲੇ ਮਾਰ ਫਰਨਾਟੇ ਚੱਲ ਪਈ ਆ ਉੱਥੋਂ, ਕਾਂਧੀ ਚੇਲੇ ਕੋਲ ਆਈ। ਹੁਣ ਉਹ ਕਹਿਣ ਲੱਗੀ ਅਗਰ ਜੇ ਭਲੀ ਚਾਹਣੀ ਤਾਂ ਇੱਥੋਂ ਵਾਪਸ ਚਲੇ ਜਾ, ਜੇ ਤੂੰ ਆਪਣੀ ਜਾਨ ਦੀ ਖੈਰ ਚਾਹਨਾ ਤਾਂ ਇੱਥੋਂ ਚਲੇ ਜਾ, ਇਸ ਨਾਗਾਂ ਦੀ ਧਰਤੀ ਦੇ ਵਿੱਚ ਮਾਨਸ ਮੁੜ ਕੇ ਨਹੀਂ ਜਾ ਸਕਦਾ। ਲਓ ਸਜਣੋ, ਹੁਣ ਕਾਨੀ ਚੇਲਾ ਕਾਹਨੂੰ ਡਰਦਾ? ਭਲਾ ਗੁਰੂ ਨੇ ਅਸਲਾ ਜੋ ਦਿੱਤਾ ਹੋਇਆ, ਪੂਰੀ ਕਾਰਾਮਾਤ ਬਖਸ਼ੀ ਹੋਈ ਹੈ, ਡਰਨ ਵਾਲੀ ਚੀਜ਼ ਨਹੀਂ ਹੈ। ਸਭ ਤੋਂ ਵੱਡੀ ਗੱਲ ਆਪਣੀ ਝੋਲੀ ਗੁਰੂ ਗੋਰਖਨਾਥ ਨੇ ਦਿੱਤੀ ਹੋਈ ਹੈ ਵੀ ਕਿੱਦਾਂ ਦੀ ਵੀ ਤੈਨੂੰ ਔਖੀ ਭਾਰੀ ਪੈ ਜਾਏ ਤਾਂ ਮੇਰੀ ਝੋਲੀ ਅੱਗੇ ਨੂੰ ਕਰਨੀ। ਹੁਣ ਜਿਸ ਵੇਲਾ ਫਰਨਾਟੇ ਮਾਰਦੀ ਨਾਗਣ ਉੱਪਰ ਨੂੰ ਆਈ ਤਾਂ ਗੋਰਖਨਾਥ ਦੀ ਝੋਲੀ ਅੱਗੇ ਨੂੰ ਕਰ ਦਿੱਤੀ ਹੈ ਕਾਨੀ ਚੇਲੇ ਨੇ। ਹੁਣ ਉਹਨੂੰ ਕੀ ਪਤਾ ਵੀ ਇਹ ਝੋਲੀ ਕਿਆ ਹੈ, ਉਹਨੇ ਕਾਹਨੂੰ ਕਦੀ ਦੇਖੀ। ਲਓ ਸਜਣੋ, ਫਰਨਾਟੇ ਮਾਰ ਮਾਰ ਕੇ ਨਾ ਕਾਨੀ ਪਤ ਚੇਲੇ ਨੂੰ ਬੇਆਰਾਮ ਕਰ ਦਿੱਤਾ। ਉਸ ਵੇਲੇ ਕਾਨੀ ਨੂੰ ਗੁੱਸਾ ਚੜਿਆ, ਗੁੱਸੇ ਦੇ ਵਿੱਚ ਵੱਟ ਕੇ ਚਪੇੜ ਮੂੰਹ ਵਿੱਚ ਮਾਰੀ ਹੈ ਔਰ ਤਾਲ ਬਹਾ ਦਿੱਤਾ, ਉਹਦਾ ਸਾਰਾ ਵਿਸ਼ ਉਤਾਰ ਦਿੱਤਾ ਇੱਕ ਚਪੇੜ ਦੇ ਨਾਲ ਹੀ। ਉਹਨੇ ਸੋਚਿਆ ਵੀ ਹੁਣ ਮਾਰ ਵੀ ਦੇਂਗੀ ਤਾਂ ਹੁਣ ਮੇਰਾ ਕਿਆ ਬਸ, ਵੀ ਹੁਣ ਮੁਕਾਬਲਾ ਤਾਂ ਕਰੋ। ਗੁਰੂ ਨੇ ਕਾਰਮਾ ਤਾਂ ਕਰਾਮਾ ਦਿੱਤੀ ਵੀ ਏਦਾਂ ਥੋੜੀ ਜੀ ਮੈਨੂੰ ਭੇਜਿਆ। ਜਿਸ ਵੇਲੇ ਹੁਣ ਚਪੇੜ ਸਿੱਟੀ, ਵਿਸ਼ ਦਾ ਗਿਆ ਉੱਤਰ ਔਰ ਰੋਂਦੀ ਕੁਰਲਾਂਦੀ ਦੌੜੀ ਜਾਂਦੀ ਹੈ ਕਿੱਥੇ ਤੱਖੀ ਨਾਗ ਦੇ ਕੋਲ, ਆਵਾਜ਼ਾਂ ਮਾਰ ਰਹੀ ਹੈ ਇਹ ਪਤੀ ਦੇਵ ਜੀ ਕਿਆ ਤੁਸੀਂ ਸੁੱਤੇ ਕਿਆ ਤੁਸੀਂ ਜਾਗੇ, ਕਿਆ ਪਰ ਆਈ ਨੈਣਾ ਨੀਂਦ। ਉਸ ਵੇਲੇ ਤੱਖੀ ਨਾਗ ਨੇ ਜਵਾਬ ਦਿੱਤਾ ਉਹ ਨਾ ਮੈਂ ਸੁੱਤਾ ਨਾ ਮੈਂ ਜਾਗਦਾ ਨਾ ਪਰ ਆਈ ਨੈਣਾ ਨੀਂਦ। ਉਸ ਵੇਲੇ ਤਾਨਾ ਮਾਰ ਦਿੱਤਾ ਤੱਖੀ ਨਾਗ ਨੇ ਆਪਣੇ ਪਤੀ ਦੇਵ ਨੂੰ, ਕਿਆ ਕੋਲਾ ਨਾਗਣ ਮੁਖ ਤੇ ਬੋਲਦੀ ਕਿਤੇ ਬੋਲਦੀ ਹੈ ਤੱਖੀ ਨਾਗ ਦੇ ਤਾਈ, ਉਹ ਚੀਨਾ ਨਾਰਾ ਦੇ ਪਤੀ ਮਰ ਜਾਂਦੇ ਪਤੀ ਮੇਰੇ ਅੱਜ ਉਹਨਾਂ ਦੇ ਹੁੰਦੇ ਮੰਦੜੇ ਹਾਲ ਜਾਈ। ਤਾਨਾ ਮਾਰਿਆ ਇਹ ਪਤੀ ਦੇਵ ਜੀ ਜਿਹਨਾਂ ਨਾਰਾਂ ਦੇ ਪਤੀ ਮਰ ਜਾਂਦੇ ਨਾ ਉਹਨਾਂ ਨੂੰ ਪੈਂਦੀ ਬਿਬਤਾ, ਉਹਨਾਂ ਦੇ ਮੰਦੇ ਹਾਲ ਹੁੰਦੇ ਤਾਂ ਬਗਾਨੇ ਮਰਦ ਉਹਨਾਂ ਤੇ ਹੱਥ ਚੱਕਦੇ। ਜਿਸ ਵੇਲੇ ਇੰਨੀ ਗੱਲ ਤੱਖੀ ਨਾਗ ਨੇ ਸੁਣ ਲਈ, ਗੁੱਸਾ ਚੜ ਗਿਆ ਕਿ ਮੇਰੀ ਰਾਣੀ ਨੂੰ ਕੋਈ ਮਾਨਸ ਆ ਕੇ ਏਦਾਂ ਦੀ ਹਰਕਤ ਕਰੇ। ਗੁੱਸੇ ਦੇ ਵਿੱਚ 2.5 ਪਿਆਲੇ ਵਿਸ਼ ਦੇ ਪੀਤੇ ਤੱਖੀ ਨਾਗ ਨੇ ਔਰ ਫਰਨਾਟੇ ਮਾਰਦਾ ਚੱਲ ਪਿਆ ਕਿ ਚੱਲ ਮੈਨੂੰ ਦੱਸ ਕੌਣ। ਹੁਣ ਪਿੱਛੇ ਪਿੱਛੇ ਨਾਗਣ ਆ ਗਈ, ਮੋਹਰੇ ਫਰਨਾਟੇ ਮਾਰਦਾ ਨਾਗ ਚੱਲਿਆ ਹੋਇਆ ਕਿੱਥੇ, ਕਾਨੀ ਪਤ ਚੇਲੇ ਦੇ ਕੋਲ। ਜਿਸ ਵੇਲੇ ਹੁਣ ਉਹ ਤਾਂ ਗੱਲ ਬਣਨੀ ਵੀ ਤਾਂ ਹੀ ਸੀ, ਇਹ ਇੱਥੇ ਨੂੰ ਲਿਆ ਵਿਆ ਉਹਨੂੰ ਜਾ ਕੇ ਤਾਂ ਖਰਾ, ਮੈਂ ਕਾਹਨੂੰ ਜਾਣਾ,
ਹੋਰ ਕਿਤੇ ਅੰਦਰ ਵੜ ਕੇ ਇਹਨਾਂ ਨੇ ਉਹਾਂ ਕੰਮ ਕਰ ਦਿੱਤਾ ਤਾਂ ਫਿਰ ਮੇਰਾ ਨਿਕਲਣਾ ਮੁਸ਼ਕਲ ਹੋ ਜਾਣਾ। ਹੁਣ ਫਰਨਾਟੇ ਮਾਰਦੇ ਦੋਨੋਂ ਜਣੇ ਆਏ, ਪਿੱਛੇ ਪਿੱਛੇ ਨਾਗਣ ਦੂਰ ਚੱਲੀ ਹੋਈ ਹੈ, ਤੇ ਜੇ ਮੇਰਾ ਇੱਕ ਹੋਰ ਵੱਜ ਗਈ ਤਾਂ ਮੇਰਾ ਕੰਮ ਤਮਾਮ ਹੋਈ। ਬੋਲੋ ਸੱਚੇ ਦਰਬਾਰ ਕੀ। ਮੋਹਰਾ ਨਾਗ ਚੱਲਿਆ ਹੋਇਆ ਫਰਨਾਟੇ ਮਾਰਦਾ, ਜਿਸ ਵੇਲੇ ਦੇ ਕਾਨੀ ਚੇਲੇ ਦੇ ਕੋਲ ਪਹੁੰਚਿਆ, ਉਸ ਵੇਲੇ ਗੁਰੂ ਗੋਰਖਨਾਥ ਦੀ ਚੋਲੀ ਕਾਨੀ ਚੇਲੇ ਨੇ ਅੱਗੇ ਨੂੰ ਕੀਤੀ। ਜਿਸ ਵੇਲੇ ਅੱਗੇ ਨੂੰ ਕੀਤੀ ਤਾਂ ਪਿੱਛੇ ਨਾਗਣ ਬੋਲਦੀ ਹੈ, ਲੈ ਹੁਣ ਦੱਸਣਾ ਹੀ ਨੀ ਮਜ਼ਾ ਤੈਨੂੰ ਚਖਾਣਾ ਜਿਹੜੀ ਮੈਨੂੰ ਚੰਡ ਮਾਰੀ ਹੈ ਨਾ। ਤਾਂ ਜਿਸ ਵੇਲੇ ਝੋਲੀ ਦੱਸੀ, ਉਸ ਵੇਲੇ ਤੱਕੀ ਨਾਗ ਨੇ ਦੋਵੇਂ ਹੱਥ ਜੋੜ ਕੇ ਸੀਸ ਨਵਾਇਆ ਉਸ ਝੋਲੀ ਨੂੰ। ਬੋਲੋ ਸੱਚੇ ਦਰਬਾਰ ਕੀ। ਉਸ ਝੋਲੀ ਦਾ ਪਤਾ ਜਿਹੜਾ ਉਹ ਤੱਕੀ ਨਾਗ ਨੂੰ ਸੀ ਕਿ ਇਹ ਝੋਲੀ ਕਿਹਦੀ ਆ ਔਰ ਇਹਦੇ ਵਿੱਚ ਕਿਆ ਕਾਰਾਮਾਤ ਹੈ। ਉਹਨੇ ਸੀਸ ਨਵਾਇਆ ਤਾਂ ਉੱਧਰ ਦੇਖਿਆ ਲੈ ਪੇ ਹੁਣ ਹੋਣੇ ਵਾਲਾ ਹੀ ਹੈ ਜੰਗ, ਤੇ ਮੈਂ ਮਜ਼ਾ ਪੂਰਾ ਲੈਣਾ ਵੀ ਇਹਨੂੰ ਛੱਡਣਾ ਤਾਂ ਇਹ ਨਹੀਂ ਹੈ। ਤਾਂ ਉਹ ਨਹੀਂ ਮੱਥਾ ਟੇਕਦਾ ਤਾਂ ਉਹਦੇ ਸਾਰੀ ਪਾਣੀ ਡਿੱਗ ਗਈ। ਦੇਖਦੀ ਰਹੀ ਵੀ ਚੱਲ ਖੋਰਿਆ ਹੀ ਨਹੀਂ, ਇਹਦਾ ਤਾਂ ਪਤਿਆਦ ਆਏ ਆ ਭੁਲੇਖੇ ਵਿੱਚ ਹੀ ਆ ਜਾ। ਉਸ ਵੇਲੇ ਬੜੇ ਪਿਆਰ ਦੇ ਨਾਲ ਤੱਕੀ ਨਾਗ ਨੇ ਕਿਹਾ, ਇਹ ਕੱਲ ਨੀਚੇ ਲਿਆ ਤੂੰ ਕਿਹਦਾ ਭੇਜਿਆ ਇੱਥੇ ਆਇਆ, ਕਿਸ ਵੇਲੇ ਤੇਰੇ ਆਉਣ ਹੋ ਗਏ ਉਹ ਗੱਲ ਮੈਨੂੰ ਦੱਸ। ਉਸ ਵੇਲੇ ਕਾਨੀ ਚੇਲੇ ਨੇ ਜਵਾਬ ਦਿੱਤਾ ਕਿ ਇਹ ਮਹਾਰਾਜ ਤੱਕੀ ਨਾਗ ਜੀ ਉਹ ਮੈਨੂੰ ਗੁਰੂ ਨੇ ਭੇਜਿਆ ਤੁਹਾਡੇ ਕੋਲ, ਤੁਹਾਨੂੰ ਗੁਰੂ ਨੇ ਯਾਦ ਕੀਤਾ ਹੈ, ਚਲੋ ਟਿੱਲੇ ਆ। ਜਿਸ ਵੇਲੇ ਇੰਨੀ ਗੱਲ ਤੱਕੀ ਨਾਗ ਨੇ ਸੁਣੀ, ਪੂਰੀ ਨਹੀਂ ਪਿੱਛੇ ਮੁੜ ਕੇ ਦੇਖਿਆ ਵੀ ਭਗਵਾਨ ਕਿੱਥੇ, ਉਹ ਬੋਲਦੀ ਖੋਰਾ ਹੀ ਨਹੀਂ ਅੱਗੇ ਨੂੰ ਹੋ ਕੇ ਵੀ ਤਾਂ ਇਹਦਾ ਕੰਮ ਕਰਨਾ ਤਮਾਮ। ਉਹਨੇ ਪਿੱਛੇ ਨੂੰ ਮੁੜ ਕੇ ਨਹੀਂ ਦੇਖਿਆ ਤੱਕੀ ਨਾਗ ਨੇ, ਉੱਥੋਂ ਹੀ ਕਾਨੀ ਪਥ ਚੇਲੇ ਤੇ ਨਾਲ ਆਪਣੇ ਰਵਾਨਾ ਹੋ ਚੁੱਕੇ ਕਿੱਥੇ, ਗੁਰੂ ਗੋਰਖਨਾਥ ਦੇ ਟਿੱਲੇ ਆਉਣ ਦੀ ਤਿਆਰੀ ਕਰਦੀ। ਉੱਥੋਂ ਚੱਲੇ ਗੁਰੂ ਗੋਰਖਨਾਥ ਦੇ ਪਾਸ ਪਹੁੰਚੇ। ਉਸ ਵੇਲੇ ਗੁਰੂ ਗੋਰਖਨਾਥ ਨੇ ਕਿਹਾ, ਐ ਬਈ ਨਾਗ ਨੇ ਕਿਹਾ, ਐ ਗੁਰੂ ਜੀ ਕਾਹਨੂੰ ਸੱਦਿਆ ਮੈਨੂੰ, ਕਾਹਨੂੰ ਬੁਲਾਇਆ, ਹੱਥ ਜੋੜ ਕੇ ਅਰਜ਼ਾਂ ਕਰ ਰਿਹਾ, ਮੇਰੇ ਵਾਸਤੇ ਕਿਆ ਕੰਮ ਹੈ, ਕਿਆ ਸੇਵਾ ਮੈਨੂੰ ਬਖਸ਼ੋ। ਉਸ ਵੇਲੇ ਗੁਰੂ ਗੋਰਖਨਾਥ ਨੇ ਤੱਕੀ ਨਾਗ ਨੂੰ ਕਿਹਾ ਕਿ ਭਈ ਤੈਂ ਕੌਰੂ ਦੇਸ਼ ਜਾਣਾ, ਤੈਂ ਕੌਰੂ ਦੇਸ਼ ਜਾਣਾ, ਗੁੱਗੇ ਜਹਰ ਪੀਰ ਦੀ ਮੰਗ ਨੂੰ ਮੋੜ ਕੇ ਲਿਆਉਣਾ, ਕਿੱਦਾਂ ਵੀ ਲਿਆ ਤੇ ਆਪਣੀ ਸ਼ਕਤੀ ਦੇ ਨਾਲ ਲਿਆਉਣਾ, ਤੇਰੀ ਡਿਊਟੀ ਲੱਗੀ। ਜਿਸ ਵੇਲੇ ਕੌਰੂ ਦੇਸ਼ ਦਾ ਨਾਂ ਲਿਆ ਤੱਕੀ ਨਾ ਵੀ ਕੰਬ ਗਿਆ ਕਿ ਮਹਾਰਾਜ ਮੈਨੂੰ ਉੱਥੇ ਨਾ ਭੇਜੋ, ਜਾਦੂ ਦਾ ਭਰਿਆ ਹੈ ਗੌੜ ਬੰਗਾਲਾ, ਡਰਦੀ ਦੁਨੀਆ ਉੱਥੇ, ਮੈਂ ਕੌਰੂ ਨਹੀਂ ਜਾਣਾ, ਹੋਰ ਮੈਨੂੰ ਦੱਸ ਦਿਓ ਜਿੱਥੇ ਨੂੰ ਮਰਜ਼ੀ ਜਾਣਾ। ਆਖਾ ਬਈ ਜਾਣਾ ਤੈਨੂੰ ਹੀ ਪੈਣਾ, ਤੇਰਾ ਵੀ ਮੈਂ ਇੰਤਜ਼ਾਮ ਕਰਕੇ ਤੈਨੂੰ ਭੇਜਣਾ, ਇੱਦਾਂ ਨਹੀਂ ਭੇਜਣਾ, ਕੰਮ ਤੈਂ ਹੀ ਕਰਨਾ ਹੈ, ਹੋਰ ਕੋਈ ਪਾਵਰ ਨਹੀਂ ਕੰਮ ਕਰਨ ਵਾਲੀ। ਸਜਣੋ ਹੁਣ ਗੁਰੂ ਗੋਰਖਨਾਥ ਜੀ ਤੱਕੀ ਨਾਗ ਨੂੰ ਭੇਜ ਰਹੇ ਕੌਰੂ ਦੇਸ਼ ਦੇ ਵਿੱਚ, ਔਰ ਕੌਰੂ ਦੇਸ਼ ਦੇ ਵਿੱਚ ਤੱਕੀ ਨਾਗ ਕਿੱਦਾਂ ਕਿੱਦਾਂ ਆਪਣੀ ਕਰਾਮਾਤ ਦਿਖਾਉਂਦਾ, ਕਿੱਦਾਂ ਆਪਣੀ ਮੰਗ ਨੂੰ ਗੁੱਗੇ ਜਹਰ ਪੀਰ ਦੀ ਮੰਗ ਨੂੰ ਮੋੜ ਕੇ ਲਿਆਂਦਾ, ਇਹ ਮੈਂ ਗਾ ਕੇ ਦੱਸਦਾ ਹਾਂ। ਬੋਲੋ ਸੱਚੇ ਦਰਬਾਰ ਕੀ। ਦਰਬਾਰ ਕੀ। ਦਰਬਾਰ ਕੀ। ਹੁਣ ਸੌ ਜਾਈਏ।